गाइस अभी ना मैं आपको बताती हूँ हुआ क्या है। अभी थोड़ी देर पहले ना आसमा की और उसके हस्बैंड की हुई है लड़ाई, और ये आके ना इधर बैठ गई है, कह रही शाम को वसीम आएगा, शाम को वसीम आएगा तो वो मेरा फैसला करेगा। मैं क्या उन्हें अज तक आके अपना नहीं फैसला किया तो तुहाडा फैसला करना। तो अभी आके इधर बैठी है नदीम से लड़ के। अपने घर वाले मेरी फिक्र ही नहीं है, ਉਹਨਾਂ ਨੂੰ ਹੈ ਹੀ ਨਹੀਂ ਕਿ ਇਸ ਕੁੜੀ ਦਾ ਖਬਰ ਵੀ ਲੈ ਲਈਏ ਨਾ, ਉਹਨਾਂ ਨੂੰ ਆਪਣੇ ਬਸ ਹੈਗੀ ਹੈ ਲੜਨ ਦੀ ਹੁੰਦੀ ਹੈ, ਆਪਣੇ ਭੈਣਾਂ ਨੂੰ ਵੀ ਭਰਾਵਾਂ ਨੂੰ, ਉਹਨਾਂ ਨੂੰ ਕਦੀ ਉਹ ਨਹੀਂ ਹੁੰਦੀ। ਚੱਲ ਮੈਂ ਪੁੱਛ ਲਾ, ਹੁਣ ਮੈਂ ਇਹਦੇ ਘਰ ਆ ਕੇ ਬੈਠੀ, ਹੁਣ ਮੈਂ ਕਿਹਾ ਸ਼ਾਮ ਤੱਕ ਨਾ ਮੈਂ ਇੱਥੇ ਹੀ ਹਾਂ, ਲੱਭਦਾ ਫਿਰ ਬਾਅਦ ਮੈਨੂੰ, ਮੈਂ ਕੁੰਡੀ ਲਵਾ ਚੀ ਭਾਬੀ ਕੋਲ ਲਾ ਲਿਆ। ਆਇਆ ਪੁੱਛ ਰਹੇ ਨੇ ਕਿ ਇੱਥੇ ਨਹੀਂ, ਤਮਾਸ਼ਾ ਹੀ ਫੜਿਆ। ਜਦੋਂ ਹੀ ਵੇਖੋ ਗੱਲ ਕਰੋ ਫਜ਼ੂਲ ਬੋਲਣ ਲੱਗ ਪਏਗਾ, ਫਜ਼ੂਲ ਬੋਲਣ ਲੱਗ ਪਏਗਾ। ਲੜਾਈ ਹੋਈ ਹੈ ਇਨਕੀ ਨਾ, ਬਿੱਲ ਸੇ ਲੜਾਈ ਹੋਈ ਹੈ ਬਿਜਲੀ ਕੇ ਬਿੱਲ ਕੀ, ਕਿ ਤੂੰ ਹਰ ਵਕਤ ਬੈਠੀ ਰਹਿਣੀ ਹੈ ਬੇਰ ਚਲਾ ਕੇ, ਪੱਖਾ ਵੀ ਲਾਈਟਾਂ ਵੀ। ਹਾਂ ਤੂੰ ਕਹਿ ਰਹੀ ਹੁਣ ਗਰਮੀ ਹੈ, ਹੁਣ ਮੈਂ ਕਮਰੇ 'ਚ ਬਹਿਣਾ, ਪੱਖਾ ਤੇ ਚਲਾਉਣਾ ਹੀ ਹੈ ਨਾ, ਤੇ ਹੁਣ ਉਹ ਮੇਰੇ ਕੋਲ ਸਭ ਭੈਣ ਭਾਈ ਆ ਕੇ ਪੰਖੇ ਕੇ ਨੀਚੇ ਬੈਠਦੇ ਹੈ, ਉਹ ਕੌਣ ਸਾ ਕੇ ਉਧਰ ਸਾਰਾ ਦਿਨ ਬੈਠੇ ਰਹਤੇ ਹੈ, ਦਿਮਾਗ ਖਰਾਬ ਕਰੀ ਜਾਏਗਾ ਫਜ਼ੂਲ। ਇੱਕ ਬਾਰਾਂ ਵਾਟ ਕਾ ਪੰਖਾ ਹੈ, ਮੈਂ ਆਪਣਾ ਬੜਾ ਪੰਖਾ ਵੀ ਵੇਚ ਦਿਆ। ਹਾਂ ਉਸਨੇ ਤਾਂ ਵਿਚਾਰੀ ਨੇ ਆਪਣਾ ਪੰਖਾ ਵੇਚ ਦਿਆ, ਆਪ ਕੋ ਪਤਾ ਹੈ ਕਿ ਨਾ ਮੈਂ ਲਿੱਤਾ ਸੀ ਉਸਨੇ ਕੂਲਰ ਵੀ ਉਠਾ ਦਿਆ, ਕਿ ਕੂਲਰ ਬਿਜਲੀ ਖਿਆਚਦਾ, ਕੂਲਰ ਵੀ ਉਠਾ ਦਿਆ, ਵਾਟ ਕਾ ਮੇਰੇ ਪੰਖਾ ਲਗਾ ਲਿਆ, ਇਤਨਾ ਸਾਰਾ ਜੋ ਪੰਖਾ ਹੈ ਉਹ ਹੀ ਲਗਾ ਕੇ ਬੈਠੀ ਰਹਤੀ ਹੈ। ਅਬ ਉਹ ਵੀ ਇਸਕਾ ਦਿਮਾਗ ਖਾਤਾ ਰਹਤਾ ਹੈ, ਪਤਾ ਨਹੀਂ ਇਸਕੇ ਸਾਰਾ ਦਿਨ ਟੀਵੀ ਦੇਖਣਾ, ਪਹਿਲੇ ਮੈਂ ਟੀਵੀ ਚਲਾਤੀ ਸੀ, ਹੁਣ ਤਾਂ ਮੈਂ ਟੀਵੀ ਦੇਖਣਾ ਵੀ ਛੋੜ ਦਿਆ। ਉਹ ਮਾਂ ਪਿੱਛੇ ਆ ਖੜੀ ਹੋ, ਫਜ਼ੂਲ ਬੋਲਦਾ ਰਹੇ, ਦਿਮਾਗ ਖਰਾਬ ਇਹ ਕੀਤੀ ਗਰਮੀ ਮੈਂ ਲੈਣ ਮੈਂ ਲੱਗ ਕੇ ਮੈਂ ਬਿੱਲ ਜਮਾ ਕਰਾ ਕੇ ਆਈ ਸੀ, ਗਰਮੀ ਮੈਂ ਡਾਕਖਾਨੇ ਮੈਂ ਬੈਂਕ ਗਏ ਤੇ ਉਨਕਾ ਸਿਸਟਮ ਬੰਦ ਥਾ, ਸਿਸਟਮ ਖਰਾਬ, ਮੈਂ ਵੀ ਗਈ ਸੀ ਆਪਣਾ ਜਮਾ ਕਰਾਉਣੇ। ਸਹੀ ਤਰ੍ਹਾਂ ਉੱਚਾ ਰੱਖਣਾ ਮੋਬਾਈਲ, ਆਪ ਪਿੱਛੇ ਹੋ ਕੇ ਬੈਠੋ ਨਾ, ਜਾਂ ਇਧਰ ਬੈਠੋ, ਰੋਸ਼ਨੀ ਪੜ ਰਹੀ ਹੈ ਉੱਪਰ ਬਰਫ ਦੀ, ਮੇਰੇ ਉੱਤੇ ਰੋਸ਼ਨੀ ਪੈ ਰਹੀ। ਹਾਂ ਤਾਂ ਮੈਂ ਵੀ ਦੱਸ ਰਹੀ ਹਾਂ ਕਿ ਹੋਇਆ ਕੀ ਹੈ ਥੋੜ੍ਹੀ ਦੇਰ ਪਹਿਲੇ, ਤਾਂ ਐਸੇ ਹੀ ਨਾ ਮੈਂ ਵੀ ਵਿਚਾਰੀ ਆ ਕੇ ਇੱਥੇ ਰੋਣ ਪਿੱਟਣ ਲੱਗ ਗਈ, ਮੈਂ ਕਿਹਾ ਤੂੰ ਕਿਉਂ ਰੋ ਰਹੀ ਹੈ, ਚੁੱਪ ਕਰਕੇ ਬਹਿ ਜਾ, ਸ਼ਾਮ ਨੂੰ ਸੀਮ ਆਏਗਾ ਆਪ ਹੀ ਗੱਲ ਹੋਈ ਹੈਗੀ ਇਹਦੇ ਬੰਦੇ ਦੇ ਨਾਲ, ਉਹਦੀ ਤਾਂ ਪਤਾ ਨਹੀਂ ਕਿਉਂ ਫਜ਼ੂਲ ਹੀ ਐਵੇਂ ਬੋਲਦਾ ਰਹੇਗਾ। ਹਾਂ ਅਬ ਇਸਨੇ ਥੋੜ੍ਹੀ ਇਹ ਜਵਾਬ ਦਾ, ਮੈਂ ਥੋੜ੍ਹੀ ਜੋਬ ਕਰਕੇ ਬਿੱਲ ਭੇਜਿਆ ਜਾਣ ਕੇ, ਕਿਆ ਕਰੇ ਗਰਮੀ ਇਤਨੀ ਹੈ, ਹਰ ਕੋਈ ਨਹੀਂ ਬੋਲਦਾ, ਮੇਰੇ ਪੈਰ ਬੈਠਾ ਰਹਿੰਦਾ। ਅਬ ਹੁੰਦੀ ਹੈ, ਹਮਾਰਾ ਵੀ ਇਹ ਪੰਖਾ ਹੈ, ਇਹ ਸਾਰਾ ਦਿਨ ਚਲਤਾ ਹੈ, ਜਬ ਤੱਕ ਹਮ ਛੱਤ ਪੇ ਨਹੀਂ ਨਾ ਜਾਤੇ ਤਬ ਤੱਕ ਸੁਬਹ ਸੇ ਸੁਬਹ ਸ਼ਾਮ ਚਲਤਾ ਹੀ ਰਹਤਾ ਹੈ। ਗਰਮੀ ਕਿਆ ਕਰੇ ਬਗੈਰ ਪੰਖਾ, ਅਬ ਇਹ ਇੱਕ ਮਹੀਨਾ ਤੰਗੀ ਕਾ ਹੈ, ਇੱਕ ਮਹੀਨਾ ਅਗਸਤ ਕਾ ਤੰਗੀ ਕਾ ਹੈ, ਸਤੰਬਰ ਮੇਂ ਜਾ ਕੇ ਕਹੀਂ ਕੋ ਪੰਖੇ ਚੱਲ, ਕੋ ਏਸੀ ਬੰਦ ਹੋਣੇ ਹੈ, ਕੂਲਰ ਵੀ ਬੰਦ ਹੋਣੇ, ਫਿਰ ਸਿਰਫ ਉਹ ਪੰਖਾ ਹੀ ਕੰਮ ਕਰੇਗਾ। ਹਾਂ ਅਗਸਤ ਕਾ ਜੋ ਬਿੱਲ ਹੈ ਵੋ ਆਨਾ ਤੋ ਸਤੰਬਰ ਮੇਂ ਹੀ ਹੈ, ਸਤੰਬਰ ਕੀ 6-7 ਤਰੀਕ ਕੋ ਆਏਗਾ, ਅਗਸਤ ਸਤੰਬਰ ਕੀ 15 ਕੋ ਜਾ ਕੇ, ਜੋ ਆਗੇ ਸਤੰਬਰ ਕਾ ਬਿੱਲ ਹੈ ਵੋ ਆਗੇ ਅਕਤੂਬਰ ਆਏਗਾ ਨਾ, ਅਕਤੂਬਰ ਕਾ ਜੋ ਬਿੱਲ ਆਏਗਾ ਨਾ ਵੋ ਥੋੜਾ ਨੋਰਮਲ ਆਏਗਾ, ਕੋਈ ਬਾਤ ਨਹੀਂ। ਹਾਂ ਅਸੀਂ ਸਬਰ ਕਰਕੇ ਬੈਠੇ ਹਾਂ, ਕੋਈ ਬਾਤ ਨਹੀਂ। ਆਪ ਸਭ ਸੇ ਯਹੀ ਅਪੀਲ ਹੈ ਹਮਾਰੀ ਕਿ ਹਮਾਰੀ ਵੀਡੀਓ ਕੋ ਲਾਜ਼ਮੀ ਸ਼ੇਅਰ ਕੀਆ ਕਰੇ ਔਰ ਫੁੱਲ ਵਾਚ ਕੀਆ ਕਰੇ, ਔਰ ਯੇ ਜੋ ਛੋਟੀ ਛੋਟੀ ਘਰੋਂ ਮੈਂ ਲੜਾਈਆਂ ਹੋਤੀਆਂ ਨਾ, ਆ ਵੀ ਰਹੀ ਹੈ ਨਹੀਂ ਹੋਤੀਆਂ ਨਾ, ਯੇ ਨਾ ਹੋ ਤੋ ਇਸੀ ਲਈ ਹਮਨੇ ਵੀ ਚੈਨਲ ਬਣਾਇਆ ਥਾ ਕਿ ਚਲੇ ਹਮ ਕੁਛ ਤੋ ਆਸਰਾ ਬਨੇ ਆਪਣੇ ਹਰ ਸ਼ੋਹਰੋਂ ਕਾ, ਤੋ ਵੀਡੀਓ ਬਣਾਤੇ ਹੈ ਹਮ ਆਪਣੀ ਡੇਲੀ ਵਲੋਗ, ਤੋ ਆਪ ਲੋਗ ਇਸਕੋ ਲਾਜ਼ਮੀ ਸ਼ੇਅਰ ਲਾਜ਼ਮੀ ਕੀਆ ਕਰੇ ਔਰ ਲਾਈਕ ਵੀ ਕੀਆ ਕਰੇ ਔਰ ਕਮੈਂਟ ਵੀ ਔਰ ਸਬਸਕ੍ਰਾਈਬ ਜਿਸਨੇ ਨਹੀਂ ਕੀਆ ਵੋ ਵੀ ਕਰੇ, ਤੋ ਆਪ ਇਸਕੋ ਸਮਝਾਏ ਜ਼ਰਾ ਥੋੜ੍ਹਾ ਸਾ। ਅੱਛਾ ਠੀਕ ਹੈ, ਆਸਮਾਨ ਬਾਹਰ ਚਾਏ ਬਣਾ ਰਹੀ ਸੀ, ਮੈਨੇ ਕਿਹਾ ਪਤਾ ਨਹੀਂ ਹੈ
कह रही मैं बिस्किट खोल रही थी, मैंने कहा कौन सा डिस्को, कह रही नहीं डिस्को नहीं बिस्कुट बिस्कुट, मैं कहा अच्छा चलो सही है। तो गाइस हम गए थे अभी ख़त्म पर वहाँ से आए हैं, खाना वगैरह हमने खा लिया, आज हमने भी खाना भी नहीं बनाया। तो बाहर क्या करिए, आसमाना दिया जलाने लगी थी, आज जुमे रात है, दिखाती हूँ मैं। तो अल्लाह हम तो चले परदेस, हम परदेसी हो गए। वाह जी वाह, कौन आया? अच्छा इसके कज़न भाई आए हैं दूर के, और ये चाय और बिस्किट लेके जा रही हैं, मेरे लिए भी लेके आएंगी बाहर। अच्छा तेल तेल हाँ ले आया फटाफट, असर की अज़ान होने वाली है ना, हम असर की अज़ान के टाइम जलाते हैं दिए। लीजा पापा इसका ज़रा कुछ कर लो, ये सुबह से नाराज़ नाराज़ फिर रही है अपने शोहर से। मैं सुबह ही कमरे से नहीं गई, कमरे ताड़े कमरे से सीधा छाते आ गई। हाँ ये हम ऊपर आए हैं तो ये भी छत पे आ गई। लड़ता लड़ता रहता, तुसी ओरे को पहुंच दे नहीं गए अगले को। हां दसना जरा, एना रोज दा ही काम है, बताओ तो सही की करा मन तो दसना फिर। अरे बंदे ने जरा दो दो हाथ करो, फजूल बोलता रहता है, फजूल ही बोलता रहता है। बिल से की फायदा वसीम भाई, ताड़े के ताड़ा द्रो भी नहीं गा देते। बिल की वजह से बोल रहा था ना इसको के ले तू बिल बोता लेनी है, तू तेरी वजह ना बिल बोता आंदा है। ओ पाई के में बोता आप ही आगे तू एसी चलाना है। अच्छा नो की ओ नहीं वो पंखा भी चलाती है तो कहता है कि तू पंखा क्यों चला के बैठी रहनी है सारा दिन। ਅਸੀਂ ਕਿੱਥੇ ਜਾਈਏ ਹੁਣ ਕਹਦਾ ਜੇ ਤੂੰ ਕਿੱਥੇ ਜਾਈਏ ਕਿੱਥੇ ਕਹਿੰਦਾ ਉੱਥੇ ਚਲੇ ਜਾਂਦੇ ਆ। ਤੇ ਤੁਸੀਂ ਇਹਨੂੰ ਪੁੱਛੋ ਨਾ ਜਦੋਂ ਹੁਣ ਥਲੇ ਜਾ ਕੇ ਆਏ ਹੁੰਦੇ ਹੀ ਉੱਥੇ ਦੇ ਪੁੱਛੋ। ਹੁਣ ਆਂਦਾ ਨਾ ਉੱਥੇ ਪੰਚਾਇਤ ਲਾਣੇ ਆ ਨਾ, ਹਾਂ ਜਰਾ ਲਾਓ ਜਰਾ ਜਰਾ ਪੰਚਾਇਤ ਪਤਾ ਚੱਲੇ। ਮਾਰਨੇ ਲਗਾ ਥਾ ਇਸਕੋ ਨਾ ਚਪੇੜ, ਫਿਰ ਇਹ ਇਧਰ ਆ ਗਈ ਮਾਰੇ ਕਮਰੇ। ਆਪਣੀ ਬੁੱਢੀ ਵੇਚ ਦੇ ਮੈਂ ਸਾਨੂੰ ਸਾਨੂੰ ਦੇ ਦੇ। ਵੇਚ ਦੇ ਉਹ ਕੀ ਹੁੰਦਾ ਸਾਨੂੰ ਦੇ ਦੇ ਸਾਨੂੰ ਦੇ ਦੇ। ਅੱਛਾ ਮੈਂ ਲੈ ਲਵਾਂਗਾ ਨਾ ਤੇ ਮੈਂ ਉਹਨੂੰ ਪੈਸੇ ਦੇ ਦੇਵਾਂਗਾ ਤੇ ਉਹਨੇ ਤੂੰ ਆਪਣੀ ਬੁੱਢੀ ਹੋ ਲੈ ਆ ਕੇ। ਚਲੋ ਜੀ ਸਹੀ, ਉਹਨੇ ਗੱਲ ਹੀ ਮੁਕਾ ਦਿੱਤੀ ਉਹਨੇ ਨਾ, ਉਹ ਕਹਿੰਦਾ ਆਪਣੇ ਬੰਦੇ ਨੇ ਕਿਹਾ ਆਪਣੀ ਬੁੱਢੀ ਵੇਚ ਦੇ ਸਾਨੂੰ ਦੇ ਦੇ ਅਸੀਂ ਰੱਖ ਲਾਂਗੇ। ਉਹਨੇ ਕਿਸੇ ਹੀ ਖਤਮ ਕਰਤਾ ਦੇਖ ਲੈਣਾ ਭਾਈ ਤੂੰ ਆਪ ਕਹੀ ਆ। क्या कर रही अब फिर बना के देन लगी रोटियां है? आप बना के देनी है, मैं चल बना दवा की याद कर। खराब हो गया सूट एकदम, नया सूट था काली ही है देखे। शलवार काली कमीज भी काली थी। अम्मी ने ना ब्लीच के कपड़ा ब्लीच के कपड़े भीगे हुए थे, ब्लीच वाले पानी में भिगो दी, ये भिगो दी और भूल गए। भूल गई वो, जब मैंने बाद में धो के इसको डाला परसों भी गई थी, अब कल भी गई थी, आज इसने निकाल परसों भी गई ना आज तो पाया परसों भी गई थी, कल इसने निकाला देखा तो सारा रंग बेड़ा गर्क। मैं थोड़ा बिल की कहा लाटते सकती नहीं है ना, अब पहनना तो है ना गर्मी निकालनी है, बस ऐसी सीधा निकलिया फिर उस बाद कितने पाया। हाँ क्या पकाने लगी है? गोभी बनाई, गोभी पकाई थी ना मैंने रात को, उसकी रोटियां पका के देने लगी। गोभी वाले पराठे पकने लगे हैं।
इधर मैंने रखी है चाय, इधर मैंने रखी है चाय अपने लिए, और साथ दूध मैंने कहा हल्की आंच पे उबाइल हो जाए ज़रा, तो चाय पक जाए जल्दी। मेरे ना सर में बड़ी दर्द हो रही थी सुबह की, मैंने चाय नहीं पी थी, जिसको तो आदत सर में दर्द हो रही है, जिसको आदत हो चाय पीने की उसकी होती है सर में दर्द, आदत नहीं होती। हाँ तू पीती नहीं ना रोज, मैं अपने आप को आदत ही नहीं पाई है चाय, नहीं 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 पींदी मैं तो सुबह या शाम नू चाय, मैं वैसे भी नहीं, आज मैं सुबह नहीं पीती ते हुन पीन लगी हां, सर्दियों में पीती जाती है मेरे को, सर्दियों में पी को नहीं, सर्दियों में तो जितनी मर्जी चाय पी लो, सर्दियों में हम पिंक चाय बनाते हैं सुबह चाय। हां इतवार को शायद मैं आपको टूरों की रेसिपी बताऊं आपको, केड़ी केड़ी भटूरे वाली, हां इसकी ना सिस्टर ने आना, उन्होंने कहा कि हमने ना भटूरे खाने हैं, तो ये ना शायद अगर वो आए तो फिर पकेंगे है ना, अगर वो आई उसके मियां ने मुझे फोन करके कहा ना कि हम आएंगे तो फिर मैं चने बना दूंगी, हां भटूरे भी कर दूंगी शाम, चने सलाद और भटूरे, हां वो रेसिपी आपको दूंगी फिर, हां चलो ठीक है, चाय को भी उबाला आने वाला बस। अली चीज लैन गया, तेरे अंडे भी, अंडे नहीं मंगाए तू, नहीं नहीं बोलता आ जाता हूँ, नहीं आना लाइए, ये देखें इधर भी दिए चल रहे हैं, वो उधर नवदीप भाई नमाज पढ़ रहे हैं, तो आसमा आंटी तामिया कह रही थी तुसी उदन सारे का नाम लिता है तो सब मेरा नहीं लिया, तो आंटी तामिया आज हम आपका नाम ले रहे हैं, तो गाइस हम ना बस दिन आप तो याद होते हैं क्योंकि आप रोज हमें कमेंट करती हैं, तो बस है ना उस दिन हमने ये भी तो कहा था ना, और भी हैं हमारी काफी फ्रेंड, नाम नहीं आ रहा, दिए भी कितने दिए थे, तो और आंटी तामिया आप कैसी हैं, ठीक ठाक हैं, अपने वापिस आए होंगे, नहीं मैंने पूरे पूरे दिए थे पैसे, ये देखें जी अली आ गया है लेके, मेरी चीज़ भी लाया है, मैंने डिंग डोंग भी मंगाई हैं और इसने अंडे मंगाए हैं, अपना क्या लेके आया, आए इसका ड्रेस चेक करें ज़रा और टोपी, ये लौंडा हमारा बड़ा हो रहा है चाय को, पापा भी आ रहे हैं, कह रहा मैं नहीं जा रहा, ਉਹਨੂੰ ਨਾਲ ਹੀ ਤੂੰ ਗਰਮ ਗਰਮ ਰੋਟੀ ਦੇ ਦੇ, ਖਾ ਕੇ ਖਾ ਲਏਗਾ ਵਿਚਾਰਾ, ਪੱਕ ਜਾਏਗੀ ਪੱਕ ਜਾਏਗੀ, ਟੈਨਸ਼ਨ ਨਾ ਲੈ ਤੂੰ, ਹੁਣ ਕੋਈ ਤੈਨੂੰ ਮੰਜੀ 'ਤੇ ਬਿਠਾ ਗਏ ਤਾਂ ਦੇਣ ਤੋਂ ਰਿਹਾ, ਪਤਾ ਨਹੀਂ ਕਿਆ ਮੇਰੀ ਕਿਸਮਤ ਆ ਨਹੀਂ ਮੰਜੀ 'ਤੇ ਬਹਿ ਕੇ ਖਾਣ ਦੀ, ਉਹ ਜਦੋਂ ਤੇਰੀ ਨੂੰਹ ਆਏਗੀ ਉਹਨੇ ਕਿਹਾ ਤੂੰ ਮੇਰੇ ਕੰਮ ਕਰ ਸਾਰੇ, ਹੈਂ ਅੱਜ ਕੱਲ੍ਹ ਦੀਆਂ ਅੱਜ ਕੱਲ੍ਹ ਦੀ ਜੋ ਬਹੂ ਹੈ ਨਾ ਉਹ ਖੁਦ ਕਹਦੀ ਹੈ ਹਮੇ ਕੁਛ ਨਹੀਂ ਆਤਾ ਕਰਨਾ, ਆਤਾ ਵੀ ਉਹ ਤਾਂ ਕਹੇਗੀ ਕੋਈ ਨਹੀਂ ਆਤਾ, ਕਰਨੇ ਕੇ ਮਾਰੀ ਕਰਨਾ ਨਾ ਪਵੇ, ਹਾਂ ਕਰਨਾ ਨਾ ਪਵੇ, ਅੱਜ ਕੱਲ੍ਹ ਦੀਆਂ ਨੂੰਹਾਂ ਐਸਾ ਦੀਆਂ ਸੱਸਾਂ ਤਿਆਰ ਰਹਿਣ, ਅਸੀਂ ਆਪਣੇ ਘਰ ਕੰਮ ਨਹੀਂ ਕੀਤਾ ਸੀ ਕੋਈ, ਹਾਂ ਲੇਕਿਨ ਇੱਥੇ ਤਾਂ ਕਰ ਰਹੇ ਹਾਂ, ਮੈਂ ਕਰ ਰਹੇ ਆਪਣੇ ਘਰ ਸਿਰਫ ਕਮਰੇ ਦੀ ਸਫਾਈ ਕਰਦੀ ਸੀ ਮੈਂ, ਹਾਂ ਤੇ ਰੋਟੀਆਂ ਪਕਾਉਂਦੀ ਸੀ ਬਸ, ਅੱਛਾ ਕਮਰੇ ਦੀ ਸਫਾਈ ਕਰਕੇ ਤੂੰ ਕੂੜਾ ਇੱਥੇ ਰਸਤੇ 'ਚ ਲਾ ਦੇਣਾ ਤੇ ਆਪਣੀ ਭੈਣ ਨੂੰ ਕਹਿਣਾ ਬਾਕੀ ਤੂੰ ਕਰ, ਕੱਪੜੇ ਵੀ ਉਹ ਧੋਂਦੀ ਸੀ ਹਰ ਚੀਜ਼ ਨੂੰ, ਸਾਡੀ ਰੋਟੀ ਸਿਰਫ ਮੈਂ ਰੋਟੀਆਂ ਪਕਾਉਂਦੀ ਸੀ ਬਸ, ਇੱਥੇ ਆ ਕੇ ਸਭ ਕੁਛ ਕਰਨਾ ਪਿਆ, ਦੇਖਿਆ ਨਾ ਛੋਟੇ ਤੋਂ ਲੈ ਕੇ ਵੱਡੇ ਤੱਕ ਪਕਾਈ,
ਜਿਹੜੀਆਂ ਕੁੜੀਆਂ ਆਪਣੇ ਘਰ ਲਾਡਲੀਆਂ ਹੁੰਦੀਆਂ ਨਾ ਉਹਨਾਂ ਨੂੰ ਅੱਗੇ ਜਾ ਕੇ ਕੰਮ ਉਹਦੇ ਕਰਨੇ ਪੈਂਦੇ ਨੇ, ਇਹ 100% ਸੱਚ ਹੈ। ਸੋਹਰਿਆਂ ਦੇ ਘਰ ਆ ਕੇ ਛੋਟੇ ਤੋਂ ਲੈ ਕੇ ਵੱਡੇ ਤੱਕ ਕੰਮ ਕੀਤਾ ਤੇ ਚਿੱਤਰ ਖਾਦੇ, ਚਲੋ ਕੋਈ ਗੱਲ ਨੀ, ਜੈਸੀ ਸਾਡੀ ਕਿਸਮਤ ਸੁਣੀ ਜਾਏਗੀ ਨਾ, ਪਤਾ ਉਹ ਕਹਿੰਦੇ ਨਾ ਔਰਤ ਕਾ ਕੋਈ ਘਰ ਨਹੀਂ ਹੋਤਾ, ਪੈਦਾ ਹੋਤੀ ਹੈ ਤੋ ਕਹਤੀ ਬਾਪ ਕਾ ਘਰ ਹੈ, ਬੜੀ ਹੋਤੀ ਹੈ ਤੋ ਕਹਤੀ ਭਾਈਓ ਕਾ ਬਾਪ ਕਾ ਘਰ, ਸ਼ਾਦੀ ਹੋ ਜਾਏ ਤੇ ਕਹਿ ਦਿੰਦੇ ਨੇ ਸ਼ੋਹਰ ਦਾ ਘਰ ਸਸੁਰਾਲ। ਅੱਲਾ ਦੇਵੇ ਸਭ ਨੂੰ ਆਪਣਾ ਆਪਣਾ ਘਰ। ਇੱਧਰ ਰੋਟੀਆਂ ਵੇਲ ਕੇ ਰੱਖੀ ਜਾ ਰਹੀਆਂ ਔਰ ਗੋਭੀ ਪੀਸ ਲਈ ਹੈ ਇਸਨੇ, ਤਾਂ ਵੀ ਪਰਾਂਠੇ ਬਣਾਏਗੀ। ਚੰਗੀ ਗੱਲ ਹੀ ਹੈ, ਦੇਖੀ ਇੱਧਰ ਰੋਟੀਆਂ ਰੈਡੀ ਹੋ ਰਹੀਆਂ, ਅਬ ਪਿੱਠੀ ਲੱਗ ਕੇ ਨਾ ਇਸਕੇ ਉੱਪਰ ਥੱਪਾ ਥੱਪ ਹੋ ਕੇ, ਹਾਂ। ਔਰ ਇੱਧਰ ਇੱਕ ਪੱਕ ਗਿਆ ਹੈ ਪਰਾਂਠਾ ਗੋਭੀ ਵਾਲਾ, ਔਰ ਇੱਧਰ ਆਲੂ ਵਾਲੇ ਪਰਾਂਠੇ ਮੈਂ ਕਾਰੋਬਾਰ ਦਫ਼ਤਰ ਜਾਂਦੀ ਸੀ, ਮੇਰੀ ਬਿਕਤੀ ਸੀ। ਅੱਛਾ, ਮੇਰੀ ਬਿਕਤੀ ਥੀ ਟਿੱਕੀਆਂ ਵੀ ਆਲੂ ਵਾਲੀਆਂ, ਬਸ ਐਸੇ ਨਜ਼ਰ ਲੱਗੀ, ਹਾਂ ਬਸ ਪੜੀ ਆ, ਨਜ਼ਰਾਂ ਵੀ ਲੱਗ ਜਾਂਦੀ ਹੈ ਨਾ ਫਿਰ ਨਹੀਂ ਕੁਛ ਬਣਦਾ, ਕੰਮ ਹੀ ਉਧਰ ਠੱਪ ਹੋ ਗਿਆ ਸੀ। ਚਲੋ ਕਿਲਕਿਲ ਪੜ ਗਈ ਤੇ ਮੈਂ ਛੋੜ ਦਿਆ, ਮੈਨੂੰ ਦਿਲ ਚ ਘਰ ਰਹਿਣ ਦੋ ਨਾ, ਪਰਾਂਠਾ ਨਾ ਚਾਹ ਸਕਦੇ ਘਰ ਜਾਂਦਾ ਫਿਰ ਦਫ਼ਤਰ, ਯਾ ਮੇਰੀ ਚਾਹ ਵੀ ਬਣ ਗਈ, ਮੈਂ ਵੀ ਬਸ ਉੱਪਰ ਜਾ ਰਹੀ ਹਾਂ, ਠੀਕ ਹੈ। ਬਸ ਇਨਕੀ ਇਹ ਹੀ ਰੈਸਪੀ ਸੀ, ਹਾਂ। ਔਰ ਚਲੋ ਸਹੀ ਹੈ, ਅੱਛਾ ਠੀਕ ਹੈ। ਹਮਾਰੀ ਗਲੀ ਮੈਂ ਨਾ ਇੱਕ ਔਰਤ ਫੋਤ ਹੋ ਗਈ ਹੈ ਵਿਚਾਰੀ, ਚਾਜੀ ਗਾਇਜ਼ ਯਹਾਂ ਪੇ ਹਮਾਰੀ ਚੱਲ ਰਹੀ ਹੈ ਚਾਏ ਪਾਰਟੀ, ਔਰ ਆਜ ਇਸਮੇ ਹਮ ਖਾ ਰਹੇ ਹੈ ਨਿਮਕੋ ਚਾਏ ਔਰ ਬਿਸਕਿਟ, ਔਰ ਇੱਧਰ ਲੀਜ਼ਾ ਨੇ ਮੰਗਾਇਆ ਹੈ ਬਿਸਕਿਟ, ਕੌਣ ਸਾ ਹੈ, ਲੈਮਨ, ਔਰ ਵੋ ਵਸੀਮ ਵੀ ਆਪਣੀ ਨਿਮਕੋ, ਮੇਰੀ ਵੀ ਆਪਣੀ ਨਿਮਕੋ, ਟਿੰਡ ਨਿਮਕੋ ਖਾ ਰਹੀ ਹੈ ਮੇਰੀ ਟਿੰਡ ਜੋ ਹੈ ਨਾ, ਮੈਂ ਦਿਲ ਕਚੀਚੀਆਂ ਕੱਟ ਰਿਹਾ, ਬਾਲ ਕੈਸੇ ਖੈਂਚੂ ਇਨਕੇ, ਟਿੰਡ ਕਰਾ ਲਈ ਇਹਨਾਂ ਨੂੰ, ਕਹਿ ਰਹੀ ਲੀਜ਼ਾ ਕਹਿ ਰਹੀ ਐਸੇ, ਯੇ ਇਨਕੇ ਸਰ ਮੇ ਨਿਸ਼ਾਨ ਹੈ, ਇਨਕੇ ਅੰਮੀ ਨੇ ਇਨਕੋ ਬਚਪਨ ਮੈਂ ਠੁੱਡਾ ਮਾਰਾ ਥਾ ਤਾਂ ਸੀੜੀਆਂ ਮੈਂ ਗਿਰੇ ਤੇ ਛੱਤ ਸੇ ਨੀਚੇ, ਹੈ ਨਾ 100% ਸੱਚ ਬਤਾਇਆ ਉਹਨੇ, ਨੀਚੇ ਕਹਿੰਦਾ ਜ਼ਰਾ ਸਰ, ਯੇ ਹੈ ਨਾ ਨਿਸ਼ਾਨ, ਯੇ ਨੀਚੇ ਗਿਰੇ ਥੇ ਛੱਤ ਸੇ, ਯੇ ਸੋ ਰਹੇ ਥੇ, ਯੇ ਪਤਾ ਨਹੀਂ ਇਹਨਾਂ ਨੇ ਤੰਗ ਕੀਆ ਥਾ ਆਪਣੀ ਅੰਮੀ ਕੋ ਕਿਆ ਕੀਆ ਥਾ, ਉਹਨਾਂ ਨੇ ਠੁੱਡਾ ਮਾਰਾ, ਯੇ ਛੱਤ ਸੇ ਨੀਚੇ ਸੀੜੀਆਂ ਮੈਂ ਗਿਰੇ, ਇਨਕਾ ਸਰ ਫਟ ਗਿਆ, ਨੀਚੇ ਬਾਲਟੀ ਪੜੀ ਥੀ, ਬਾਲਟੀ ਲਗੀ ਔਰ ਫਿਰ ਸਰ ਫਟ ਗਿਆ ਇਨਕਾ, ਰਾਤ ਥੀ ਹੈ ਨਾ, ਫਿਰ ਕੈਸਾ ਲਗਾ ਸਰ ਫਾੜ ਕੇ ਆਪਕੋ, ਬਹੁਤ ਮਜ਼ਾ ਆਇਆ, ਬਹੁਤ ਮਜ਼ਾ ਆਇਆ, ਉਸ ਕੇ ਬਾਅਦ ਆਪਨੇ ਇਨਕੋ ਆਗੇ ਲਗਾਇਆ। ਜੀ ਵਸੀਮ ਨੇ ਨਾ ਦੁਬਾਰਾ ਸੇ ਆਸਮਾ ਕੋ ਬੁਲਾ ਲਿਆ ਉੱਪਰ ਇਨਕੀ ਬਾਤ ਖਤਮ ਕਰਾਨੇ ਕੇ ਲੀਏ, ਤੋ ਅਭੀ ਵੀ ਇਹ ਬੈਠੀ ਥੀ ਨੀਚੇ ਰੋਟੀਆਂ ਪਕਾ ਕੇ, ਤੋ ਉੱਪਰ ਆ ਗਈ ਆ, ਰੋਟੀਆਂ ਦੇਖ ਕੇ ਆ ਗਈ, ਇਸ ਕੋ ਰੋਟੀਆਂ ਖਾ ਰਹੇ ਥੇ, ਹਾਂ ਤੋ ਅਬ ਦੇਖਤੇ ਹੈਂ ਵਸੀਮ ਕਿਆ ਬਾਤ ਕਰਤਾ ਹੈ ਨਦੀਮ ਸੇ, ਕਿਆ ਨਹੀਂ ਬਾਤ ਕਰਤੇ, ਵੋ ਆਪਕੇ ਸਾਹਮਣੇ ਹੋਗੀ ਬਾਤ ਸਾਰੀ, ਠੀਕ ਹੈ, ਜੋ ਵੀ ਇਨਕਾ ਲੜਾਈ ਝਗੜਾ ਵੋ ਖਤਮ ਕਰਾਏਂਗੇ, ਅੱਜ ਆ ਰਹੇ ਨਦੀਮ ਵੀ, ਇਹ ਤਾਂ ਢਿੱਲੂ ਆ ਗਿਆ, ਅੱਬਾ ਕਿੱਥੇ ਵੀ ਤੇਰਾ, ਓਏ ਓਹੀ ਆ ਗਿਆ,
ਇੱਧਰ ਆ ਗਈ ਚੌਧਰੀ ਦਰਾ ਇੱਧਰ ਤਾਂ ਮੇਰੇ ਸਾਹਮਣੇ ਦਬਿਆ ਦਰਾ ਦੇ ਇੱਧਰ ਆਦਰਾ ਤੁਹਾਡੇ ਰੋਜ਼ ਆਉਂਦਾ ਪਖੰਡ ਖਾਂ ਨਹੀਂ ਖਤਮ ਹੋਣ ਦੇ ਭੈਣ ਜੀ ਮੈਂ ਜੋ ਵੀ ਇੱਧਰ ਆਉਂਦਾ ਕੋਈ ਨਾ ਕੋਈ ਤੁਹਾਡੀ ਗੇਮ ਹੀ ਪਈ ਹੁੰਦੀ ਹਾਂਜੀ ਜੀ ਬਤਾਓ ਇਹ ਕੀ ਬਿੱਲ ਦਾ ਕੀ ਰੋਲਾ ਹੈ ਬਈ ਯਾਰ ਬਿੱਲ ਜਮ੍ਹਾਂ ਕਰਾਉਣਾ ਹੈ ਕਰਾਈ ਜਾਣ ਮੈਨੂੰ ਕਾਹ ਤੋਂ ਉਠਾਉਂਦੀ ਪਈ ਉਹ ਕਹਿੰਦੇ ਕਿ ਇਹ ਕਹਿ ਰਹੇ ਕਿ ਜਦੋਂ ਪਤਾ ਹੈ ਮੇਰੀ ਸਵੇਰ ਛੁੱਟੀ ਹੈ ਮੈਂ ਨਹੀਂ ਜਾਣਾ ਇਹਦਾ ਕੰਮ ਕੀ ਬੰਦਾ ਮੈਨੂੰ ਉਠਾਉਣ ਦਾ ਤੂੰ ਪੱਖਾ ਫਜ਼ੂਲ ਚਲਾਨੀ ਬੱਤੀਆਂ ਫਜ਼ੂਲ ਚਲਾਨੀ ਤੇਰੀ ਵਜ੍ਹਾ ਨਾਲ ਬਿੱਲ ਬਹੁਤ ਆਇਆ ਆਹੋ ਇਹ ਚਲਾ ਕੇ ਛੱਡ ਆਉਂਦੀ ਹੈ ਮੈਂ ਫੋਨ ਕੇ ਬੰਦ ਕਰਦਾ ਰਹਿੰਦਾ ਕਦੀ ਇਹ ਬੰਦ ਕਰ ਕਰੀ ਉਹ ਬੰਦ ਕਰ ਆਰਾਮ ਦੇ ਪੈਸੇ ਨੇ ਨਾ ਮੈਂ ਪਾਊਡਰ ਵੇਚ ਰਿਹਾ ਉਹ ਯਾਰ ਅਗਰ ਤੇ ਬੰਦਾ ਚੱਲ ਗਿਆ ਤੇ ਕੋਈ ਆਪੱਤੀ ਥੋੜੀ ਹੋ ਗਈ ਹੈ ਕਮਾਲ ਹੋ ਗਿਆ ਤੇ ਹੁਣ ਜਾਜਬਾ ਉਹਨੇ ਬੋਸੇ ਪਾੜ ਦੇਵੇ ਗਰਮੀ ਚ ਥੋੜੀ ਬਹਿਣਾ ਹੈ ਮੈਨੂੰ ਕੀ ਆਪ ਹੀ ਤੰਗ ਹੋਏਗੀ ਮੈਨੂੰ ਤੰਗ ਕਰੇਗੀ ਤੇ ਆਪ ਹੀ ਤੰਗ ਹੋਏਗੀ ਯਾਰ ਅਸੀਂ ਵੀ ਤੇ ਪੇਪਰ ਹੈ ਬਿੱਲ ਅਸੀਂ ਤੈਨੂੰ ਕਿ ਮੈਂ ਆ ਕੇ ਤੁਸੀਂ ਚਲਾਉਂਦੇ ਕੀ ਤੂੰ ਐਨ ਕਿਉ ਕੀਤੀ ਐਨ ਕਿਉ ਕਰਦੀ ਐਨ ਕਿਉ ਕਰਦੀ ਮੈਂ ਤੇ ਨਹੀਂ ਆ ਕੇ ਉਹਨੂੰ ਇਹ ਕਿ ਗੱਲ ਕਹੀ ਤੁਸੀਂ ਤਾਂ ਪਤਾ ਨਹੀਂ ਰੋਟੀ ਕਿਵੇਂ ਬੱਤੀ ਬਾਲ ਕੇ ਖਾ ਲੈਂਦੇ ਬਿੱਲੀ ਤੇ ਚਲਾਉਂਦੇ ਹੀ ਕੁਛ ਨਹੀਂ ਲੈ ਵਾਹ ਜੀ ਸਾਡੇ ਕੋਲ ਜੋ ਹੈ ਅਸੀਂ ਉਹੀ ਚਲਾਣਾ ਐਨ ਕੱਲ ਲੂਮਾ ਲੈ ਆ ਉਹ ਮੈਂ ਲੂਮਾ ਵੀ ਚਲਾ ਦਿੰਦਾ ਮੈਂ ਹੁਣ ਚਲੇ ਜਾ ਥੱਲੇ ਚਾਰ ਪੰਜ ਬੱਤੀਆਂ ਬਲਦੀਆਂ ਹੋਣੀਆਂ ਵੇਖੀ ਅਸੀਂ ਉੱਤੇ ਬੈਠੇ ਹਾਂ ਤੇ ਤੂੰ ਬੰਦ ਕਰਕੇ ਆ ਜਾਂਦਾ ਪਿੱਛੇ ਤਿੰਨ ਚਾਰ ਦਿਨ ਮੈਂ ਬੰਦ ਕੀਤਾ ਸੀ ਮੈਨੂੰ ਅਜੀਬ ਅਜੀਬ ਖੁਆਬ ਆਉਣ ਲੱਗ ਪਏ ਕਦੀ ਕੋਈ ਤਹਿਖਾਨੇ ਚ ਹਨੇਰਾ ਕਦੀ ਕੁਛ ਮੈਨੂੰ ਨਜ਼ਰ ਆ ਮੈਂ ਫਿਰ ਉਸ ਤੋਂ ਬਾਅਦ ਬੱਤੀ ਨੀ ਬੰਦ ਕੀਤੀ ਮੈਂ ਕਿਹਾ ਰਹਿਣ ਦੇ ਤਹਿਖਾਨੇ ਦੀ ਜਲਨ ਦੇ ਲੈ ਮੈਂ ਨੀ ਬੰਦ ਕਰਾਈ ਅੱਛਾ ਭਾਈ ਸਾਹਿਬ ਆ ਮਾਮਲਾ ਹੈਗਾ ਕਿ ਦੇਖੋ ਮਿਲ ਬਣ ਕੇ ਆਪਾਂ ਚ ਰਹੋ ਤੇ ਤੁਹਾਡੀ ਮਿਹਰਬਾਨੀ ਬਿੱਲ ਛਿਲ ਦਾ ਬਿੱਲ ਬਣ ਦੇਖੇ ਨਹੀਂ ਇਹ ਤੇ ਹਰ ਘਰ ਦੀ ਜੇ ਮੇਰਾ ਸਾਹਸ ਨਹੀਂ ਹੈ ਤਾਂ ਫਿਰ ਮੈਨੂੰ ਵੀ ਇਹਦਾ ਸਾਹਸ ਨਹੀਂ ਹੈ ਸਿੱਧੀ ਜਿਹੜੀ ਗੱਲ ਹੈ ਨਹੀਂ ਤੇ ਕੀ ਹੁਣ ਤੂੰ ਕੀ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਇਹਨੂੰ ਜ਼ਿੰਮੇਦਾਰੀ ਖੁਦ ਲੈਣੀ ਚਾਹੀਦੀ ਚੀਜ਼ਾਂ ਦੀ ਮੈਂ ਸਾਰੀ ਦਿਹਾੜੀ ਕੰਮ 'ਤੇ ਹੁੰਦਾ ਵਾਂ ਸਾਰੀ ਰਾਤ ਮੈਂ ਜਾ ਕੇ ਕੰਮ ਕਰਨਾ ਵਾਂ ਸੁਬਹਾ ਨਮਾਜ਼ ਪੜ੍ਹ ਕੇ ਮੈਂ ਸੋਣਾ ਇਹਦਾ ਕੰਮ ਬੰਦ ਹੈ ਕਿ ਮੈਨੂੰ ਤੰਗ ਨਾ ਕਰੇ ਛੋਟੀਆਂ ਛੋਟੀਆਂ ਚੀਜ਼ਾਂ ਵਾਸਤੇ ਚਲੋ ਜੀ ਅੱਜ ਤੋਂ ਬਾਅਦ ਤੁਸੀਂ ਨਹੀਂ ਇਹਨੂੰ ਤੰਗ ਕਰਨਾ ਅਸੀਂ ਪੱਖਾ ਬੰਦ ਕਰਕੇ ਬੈਠੇ ਰਹਾਂਗੇ ਪੱਖਾ ਬੰਦ ਕਰਕੇ ਬਹਿ ਜਾ ਜੇ ਆ ਕੇ ਕਹਿੰਦਾ ਤੁਸੀਂ ਪੱਖਾ ਕਿਉਂ ਬੰਦ ਕੀਤਾ ਫਿਰ ਇਹਨੂੰ ਗੱਲ ਦੱਸੀ ਹਾਂ ਫਿਰ ਗਰਮੀ 'ਚ ਹੀ ਬੈਠਾਂਗੇ ਹੁਣ ਨਹੀਂ ਮੈਂ ਪੱਖਾ ਚਲਾਉਣਾ ਵੇਖੀ ਜਾ ਅੱਡੀ ਦਵਾਈ ਅੱਜ ਤੂੰ ਬਣਾਈ ਸਾਰਾ ਦਿਨ ਵੀਡੀਓ ਮੇਰੀ ਬਣਾਈ ਕੱਲ੍ਹ ਪੱਖਾ ਬੰਦ ਰਹੇਗਾ ਹੁਣ ਕੋਈ ਬੰਦ ਨਹੀਂ ਹੈ ਆ ਕੇ ਅਗਰ ਕਹੇਗਾ ਪੱਖਾ ਚਲਾ ਤੁਸੀਂ ਵੀ ਗਰਮੀ 'ਚ ਬੈਠਣਾ ਅੱਛਾ ਅਲੀ ਕਾ ਤੋਂ ਗਰਮੀ 'ਚ ਬੈਠੇ ਕੱਲ੍ਹ ਗਰਮੀ 'ਚ ਬੈਣੀ ਅਲੀ ਨੂੰ ਵਖਰੀ ਪੈ ਗਈ ਤੁਹਾਡੀ ਛੋਟੀ ਫੈਮਿਲੀ ਹੈ ਹਾਲ ਹੈ ਤੇ ਜੋ ਵੱਡੀ ਦੋ ਇੱਕ ਹੋਰ ਆਏਗਾ ਉਦੋਂ ਕੀ ਹੋਏਗਾ ਕਮਾਲ ਆ ਮੱਤ ਮਾਰੀ ਕਿਤੇ ਤੁਹਾਡੀ ਐ ਛੋਟੇ ਛੋਟੇ ਕੋਪਰੇਟ ਕਰਨਾ ਸਿੱਖੋ ਇੱਕ ਦੂਜੇ ਉਹ ਨਾ ਕਰਨਾ ਸਿੱਖੋ ਉਹ ਬਿੱਲ ਕਿੱਥੋਂ ਆਏਗਾ ਇਹ ਬੰਦ ਕਰ ਦੇ ਸਾਰੀ ਚੀਜ਼ਾਂ ਚਲੀ ਜਾਂਦੀਆਂ ਦਿਮਾਗ ਖਰਾਬ ਹੈ ਤੇਰਾ ਯਾਰ ਜਿਹਦੇ ਹੱਕ ਲਾਲਦੇ ਜਾਂਦੇ ਨਾ ਉਹਨੀ ਤਕਲੀਫ ਹੁੰਦੀ ਹੱਕ ਲਾਲਦੇ ਮੇਰੇ ਵੀ ਜਾਂਦੇ ਮੈਂ ਉਹਨੂੰ ਕਿਹਾ ਉਹਦਾ ਸਿਰ ਪਾੜ ਦੇਵਾਂ ਤੂੰ ਅਕਲ ਤਾਂ ਦੇ ਸਕਣਾ ਕਿ ਨਹੀਂ ਉਹ ਭਾਈ ਬੁੱਢੇ ਨੂੰ ਸਮਝਾ ਹੀ ਸਕਦੇ ਹਾਂ ਉਹਦਾ ਇਹ ਗੱਲ ਹੈ ਔਰਤ ਵੀ ਇੱਕ ਰੱਬ ਦਾ ਜੀ ਹੈ ਇਹਨਾਂ ਕੰਮ ਕਰਾਈ ਤਾਂ ਹੁੰਦਾ ਕੀ ਹੈ ਬਿੱਲ ਆਏਗਾ ਬਹੁਤਾ ਫਿਰ ਤੂੰ ਜਮਾ ਕਰਾਈ
ਤੂੰ ਨਹੀਂ ਉਹਨੂੰ ਮੋੜਨਾ ਦੇ ਇੰਨੇ ਵਸਾਇਲ ਹੁੰਦੇ ਨਾ ਮੈਂ ਪੂਰੇ ਘਰ ਦੇ ਬਿੱਲ ਜਮ੍ਹਾਂ ਕਰਾ ਦੇਣੇ ਸੀ ਅੱਡੀ ਵੀ ਗੱਲ ਕੋਈ ਨਹੀਂ ਹਾਂ ਇਹਦੇ ਉਹਨੇ ਵਸਾਇਲ ਹੁੰਦੇ ਤੂੰ ਟਿੰਡ ਕਰਾਉਂਦਾ ਆਪਣੀ ਆਹੋ ਉਹ ਨਹੀਂ ਹਕੀਕਤ ਲੈ ਅਗਰ ਮੇਰੇ ਕੋਲ ਇੰਨੇ ਵਸਾਇਲ ਹੁੰਦੇ ਮੈਂ ਹਕੀਕਤ ਮੈਂ ਪੂਰੇ ਘਰ ਦੇ ਬਿੱਲ ਜਮ੍ਹਾਂ ਕਰਾ ਲੈਣੇ ਸੀ ਅੱਛਾ ਜੀ ਮਾਸੀ ਜਿਹੜਾ ਉਹਦਾ ਮਸਲਾ ਉਹ ਅੱਛਾ ਮਾਸੀ ਲੋਕਾਂ ਨੂੰ ਕੁੱਟਣ ਵਾਲੀ ਕਿਹਦਾ ਮਸਲਾ ਹੱਲ ਕਰਾ ਦੇਣਾ ਸੀ ਉਹ ਟੱਬੇ ਦਾ ਬਿੱਲ ਦਾ ਉਹਨਾਂ ਦੇ ਉਹਨੂੰ ਮੈਂ ਕਹਿੰਦਾ ਫੜ ਜਾ ਕੇ ਉਹਨਾਂ ਮੁੱਥੇ ਮਾਰ ਗਿਆ ਲੈਸ ਕੋਰੇ ਅੱਡੀ ਵੀ ਗੱਲ ਕੋਈ ਨਹੀਂ ਅੱਲਾ ਮੈਨੂੰ ਇਸ ਕਾਬਲ ਬਣਾਏ ਅਤੇ ਸ਼ੁਕਰ ਰੱਬ ਦਾ ਅੱਜ ਤੋਂ ਬਾਅਦ ਕੰਪਲੇਨ ਨਾ ਹੋਵੇ ਮੇਰੇ ਕੋਲ ਕਿ ਭਾਈ ਤੁਸੀਂ ਦੋਵੇਂ ਲੜੇ ਹੈਗੇ ਹੋ ਨਹੀਂ ਤਾਂ ਮੈਂ ਕਸਮ ਖਾ ਉਹਨੂੰ ਛੱਡ ਕੇ ਤੈਨੂੰ ਲਾਫਾ ਖੜਕਾ ਲੈਣਾ ਮੈਂ ਯਾਰ ਤੂੰ ਮੈਨੂੰ ਲਾਪੇ ਖੜਕਾ ਜੋ ਮਰਜ਼ੀ ਕਰ ਫਾਲਤੂ ਚੀਜ਼ਾਂ ਚੱਲਣਗੀਆਂ ਯਾਰ ਫਾਲਤੂ ਇੰਜ ਮਾਈ ਵੀ ਚਲਾਉਂਦੀ ਮਾਈ ਨੂੰ ਜਾ ਕੇ ਕਹਿ ਹਾਂ ਮਾਈ ਨੂੰ ਕਿਉਂ ਨਹੀਂ ਕਹਿੰਦਾ ਹੁਣ ਉਹ ਵੱਡਾ ਬੰਦਾ ਉਹਨੂੰ ਵਾਰ ਵਾਰ ਬੱਚਾ ਹੋਵੇ ਬੰਦਾ ਉਹਨੂੰ ਜਾ ਕੇ ਤਰੀਕੇ ਨਾਲ ਕਿ ਮਾਈ ਜੀ ਤੈਨੂੰ ਕੀ ਫਾਇਦਾ ਹੁੰਦਾ ਹੈ ਜਾਂ ਮੈਨੂੰ ਕੀ ਫਾਇਦਾ ਹੁੰਦਾ ਹੈ ਉਹ ਭਾਬੀ ਤੇਰੀ ਮਿਹਰਬਾਨੀ ਤੁਸੀਂ ਥੋੜਾ ਕੋਆਪਰੇਟ ਕਰਿਆ ਕਰ ਜੇ ਬੰਦਾ ਜ਼ਾਹਿਰ ਹੈ ਕੱਲ ਤੋਂ ਬੱਤੀਆਂ ਵੀ ਬੰਦ ਪੱਖਾ ਵੀ ਬੰਦ ਕੱਲ ਤੋਂ ਐਸਾ ਹੀ ਬੈਠਾ ਮੈਂ ਆਪਣੇ ਆਫਿਸ 'ਚ ਇਹੀ ਕੰਮ ਕਰ ਰਿਹਾ ਹੁੰਦਾ ਲੋਕੀ ਉੱਠ ਕੇ ਬੈਗ ਚੱਲੇ ਨੇ ਦਫਾ ਇਹਨਾਂ ਦੇ ਮੈਂ ਬੱਤੀਆਂ ਤੇ ਪੱਖੇ ਸਾਰੀ ਦਿਹਾੜੀ ਮੈਂ ਇਹੀ ਕੰਮ ਕਰਦਾ ਸਾਰੀ ਦਿਹਾੜੀ ਅੱਠਾਂ ਘੰਟੇ ਮੈਂ ਇਹੀ ਕੰਮ ਕਰਦਾ ਪੱਖੇ ਥੱਲੇ ਬੈਠੇ ਰਹਿੰਦੇ 24 ਘੰਟੇ ਮੈਂ ਆਪ ਪੱਖੇ ਤੋਂ ਪੁੱਖੀਆਂ ਗੱਲਾਂ ਸੁਣ ਲੈ ਮੇਰੇ ਕਿਹੜੇ ਭਰਾ ਦਿੰਦੇ ਨੇ ਪੱਖੇ ਥੱਲੇ ਮੈਂ ਦਫ਼ਤਰ ਦੇ ਵਿੱਚ ਬਗੈਰ ਪੱਖੇ ਤੋਂ ਬਹਿਣਾ ਉਪਵਾਸ ਕਰ ਗੱਲ ਬਸ ਇਹ ਵੇ ਇਹਨਾਂ ਦੀ ਕਿ ਇਹ ਲੜ ਲੜ ਕੇ ਆਪਣੀ ਬੁੱਢੀ ਨੂੰ ਕਮਰੇ 'ਚ ਬਾਹਰ ਕੱਢ ਦਿੰਦਾ ਤੁਸੀਂ ਇਹਨੂੰ ਸਮਝਾਓ ਕਿਆ ਕੰਮ ਨਾ ਕਰਿਆ ਕਰ ਬਾਹਰ ਜੋ ਵੀ ਮਾਮਲਾ ਨੇ ਮੈਂ ਬਾਹਰ ਨਹੀਂ ਕੱਢਦਾ ਆਪੇ ਹੀ ਜਾਂਦੀ ਤੇ ਮੈਂ ਕਿਹਾ ਜਾਂਦੀ ਹੈ ਅੱਜ ਤੋਂ ਬਾਅਦ ਨਾ ਜੋ ਵੀ ਮਾਮਲਾ ਨੇ ਤੇ ਤੇਰਾ ਕੰਮ ਬਣਦਾ ਨਾ ਕਿ ਸਵੇਰ ਦੀ ਉਹ ਕਮਰੇ 'ਚ ਨਹੀਂ ਆਈ ਤੂੰ ਵੇਖੇ ਜਾ ਕੇ ਕਿੱਥੇ ਹੈਗੀ ਹੈ ਕਿੱਥੇ ਨਹੀਂ ਮੈਨੂੰ ਕੀ ਤਕਲੀਫ ਹਾਂ ਕਿਉਂ ਤੂੰ ਵੀ ਕਿਉਂ ਨਹੀਂ ਵੇਖਣਾ ਤੇਰੀ ਬੁੱਢੀ ਨਹੀਂ ਹੈ ਟੈਂਕੀ ਚੈੱਕ ਕਰ ਬਲੇ ਦਾ ਤੇਰੀ ਬੁੱਢੀ ਹੈਗੀ ਹੈ ਤੇਰਾ ਫਰਜ਼ ਬਣਦਾ ਉਹ ਵੀ ਤੇ ਆਪਣੇ ਫਰਜ਼ ਨਿਭਾਉਂਦੀ ਹੈ ਨਾ ਤੈਨੂੰ ਦਿੰਦੀ ਹੈ ਮੰਜੀ ਤੇ ਬੈਠੇ ਨੇ ਰੋਟੀ ਆਪਣੇ ਬੜੇ ਫਰਜ਼ ਨਿਭਾਏ ਕਿੰਨੇ ਨੰਬਰ ਖੇਸ ਲੈ ਕੇ ਨਾ ਸਰ ਪੇ ਸਮਝਦਾਰ ਹੋ ਰਿਹਾ ਖੇਸ ਵੇ ਕਿਵੇਂ ਲਵਿਟੇ ਨੇ ਬਾਹਰ ਨਾ ਆਵੇ ਕੋਈ ਗੱਲ ਮੈਂ ਹੁਣ ਬਾਰ ਬਾਰ ਕਹਿ ਰਿਹਾ ਬਾਹਰ ਨਾ ਆਵੇ ਪਜਾਮੇ ਦੀ ਜੇਬ ਚ ਪਾ ਕੇ ਮੈਂ ਵੀ ਤੈਨੂੰ ਬਾਰ ਬਾਰ ਕਹਿ ਰਿਹਾ ਕਿ ਬਾਹਰ ਕੋਈ ਬਾਤ ਗੱਲ ਨਾ ਮੈਂ ਹੁਣ ਕੱਲ ਤੋਂ ਪੱਖਾ ਬੰਦ ਰੱਖਣਾ ਇਹਨੂੰ ਤੁਸੀਂ ਸਮਝਾਓ ਹੁਣ ਚਲੋ ਠੀਕ ਹੈ ਗੱਲ ਖਤਮ ਕਰੋ ਚਾਹੀਦੀ ਉਹ ਮਾਮਲਾ ਤੁਸੀਂ ਅੰਦਰ ਤੈਅ ਕਰੋ
ਮੈਂ ਸੁਬਾਰਾ ਫਿਰਨ ਦਿਆਂ ਮੈਂ ਕਿਸੇ ਨਾਲ ਕੋਈ ਗੱਲ ਕੀਤੀ ਲਿਹਾਜ਼ਾ ਆਪਣੇ ਆਪ ਨੂੰ ਇੱਕ ਦੂਜੇ ਨੂੰ ਤੁਸੀਂ ਨਾ ਆਪਣੇ ਕੋਪਰੇਟ ਕਰੋ, ਇੱਕ ਦੂਜੇ ਦਾ ਦਰਦ ਤੇ ਦੁੱਖ ਵੰਡਾਇਆ ਕਰੋ। ਚਲੋ ਠੀਕ ਹੈ। ਕਰਨ ਨਾਲ ਨੇ ਤੋ ਤੋਮੀ ਆ ਜਾਂਦੀ ਹੈ। ਉਹ ਯਾਰ ਉਹ ਵਡੇਰ ਹੈਗੀ ਬੁੱਢੀ ਹੈ ਕਿ ਉਹ ਜਾਇਓ ਰਹੁ ਬੱਚਾ ਜੀ ਜੋ ਬੰਦਾ ਬੁੱਢਾ ਹੁੰਦਾ ਨਾ। ਚਲੋ ਜੀ ਗਾਇਸ, ਅਬ ਇਹ ਕੋਪਰੇਟ ਕਰਨ ਨਾਲ ਨੇ ਬਹੁਤ ਜ਼ਿਆਦਾ ਲੰਬੀ ਹੋ ਰਹੀ ਹੈ ਵੀਡੀਓ। ਚਲੋ ਬਾਹਰ ਲੋਕਾਂ ਕੱਟੀ ਹੋ ਐਂਡ ਇਧਰ ਇਹਨਾਂ ਨੇ ਗਲਤ ਫੈਸਲਾ ਕੀਤਾ। ਵਸੀਮ ਭਾਈ ਨੇ ਆਪਣੇ ਭਾਈ ਦਾ ਸਾਥ ਦਿਆ ਔਰ ਉਹ ਵੀ ਆਪਣੇ ਭਾਈ ਕੇ ਪਿੱਛੇ ਉਹ ਕਹਿ ਰਹੇ ਕਿ ਨਹੀਂ ਇਸ ਤਰ੍ਹਾਂ ਹੋਣਾ ਚਾਹੀਏ। ਉਹ ਭਾਬੀ ਕੀ ਗੱਲ ਹੈ, ਜੇ ਗਲਤ ਗੱਲ ਕਰਨ ਦੀ ਤਾਂ ਮੈਂ ਤੇਰੀ ਸਾਈਡ ਲੈਣਾ ਪਿਆ ਤਾਂ ਹੋਰ ਸੀ। ਕਿੱਥੇ ਤੁਸੀਂ ਮੇਰੀ ਸਾਈਡ ਲਈ ਦਿੱਤੀ ਨਾ? ਵੈਸੇ ਵੀ ਤੁਹਾਡਾ ਆਡੀ ਸਾਈਡ ਲਾਉ ਤਾਂ ਤੂੰ ਮੈਂ ਉਹਨੂੰ ਦਿੱਤੀ ਖਾਵਾ ਤੇ ਤੁਹਾਡੇ ਕੋਲ ਦਿੱਤੀ ਖਾਵਾ। ਲੋਕਲ ਨੇ ਮਿਲ ਤਾਂ ਉਹ ਗੱਲ ਦੇ ਜਾਇਦ ਗੱਲ ਕੀਤੀ ਨਾ ਫੀਸ ਮਾਲ ਯਾਰ। ਦੇਖੋ ਮੈਂ ਕੀ ਗਲਤ ਕਿਹਾ, ਇੱਕ ਇਹਨਾਂ ਇਹਦੀ ਬੀਵੀ ਦੀ ਤੇ ਇਹਦੀ ਬੰਦੇ ਦੀ ਤੇ ਸੁਲਾ ਸਫਾਈ ਕਰਵਾਉਣ ਲੱਗ, ਉਹਦੇ ਵਿੱਚ ਮੈਂ ਹੀ ਝਗੜਾ ਯਾਰ ਹੈ ਮਾਲ। ਵੈਸੇ ਇੱਕ ਤਾਂ ਉਹਦੀ ਸਾਈਡ ਮੈਂ ਲੈਂਦਾ, ਉਹ ਉਲਟਾ ਕਹਿ ਰਹੀ ਆਪਣੇ ਭਰਾ ਦੀ ਸਾਈਡ ਲੈ ਰਿਹਾ, ਆਪਣੇ ਭਰਾ ਦੀ ਸਾਈਡ ਲੈ ਰਿਹਾ, ਕਮਾਲ ਹੈ ਯਾਰ। ਵੈਸੇ ਅਤੇ ਜਾਓ ਫਿਰ ਜਾਓ ਇੱਕ ਇੱਕ ਦੂਜੇ ਹੱਸਰੇ ਪਾੜੋ ਜਾ ਕੇ, ਅੱਜ ਤੋਂ ਬਾਅਦ ਸਾਡੇ ਵੱਲ ਨਾ ਆਇਆ ਜੇ। ਖੁਦਾ ਹਾਫਿਜ਼।